ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਉਹਨਾਂ ਦੇ ਨਾਮ ਤੇ ਬਣੀ ਜਥੇਬੰਦੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੁਸਾਇਟੀ ਆਫ ਹਰਿਆਣਾ ਵੱਲੋਂ ਮਨਾਇਆ ਗਿਆ। ਇੱਥੇ ਵੱਡੀ ਗਿਣਤੀ 'ਚ ਸੰਗਤਾਂ ਪਹੁੰਚੀਆਂ, ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਰਾਗੀਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਸ਼ਬਦ ਕੀਰਤਨ ਦੇ ਰਾਹੀਂ ਨਿਹਾਲ ਕੀਤਾ ਗਿਆ। ਗੁਰਪੁਰਬ ਨੂੰ ਸਮਰਪਿਤ ਸੰਗਤਾਂ ਅਤੇ ਸੁਸਾਇਟੀ ਆਫ ਹਰਿਆਣਾ ਵੱਲੋਂ ਵੱਖ ਵੱਖ ਸਟਾਲਸ ਵੀ ਲਗਾਏ ਗਏ। ਛਡਾਏ ਜਿਨ ਜਿੱਥੇ
ਖਾਲਸਾ ਜੀ ਅੱਜ ਦਾ ਦਿਹਾੜਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀ ਨੂੰ ਖੁਸ਼ੀ ਵਿੱਚ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਆਫ ਹਰਿਆਣਾ ਵੱਲੋਂ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਸੰਗਤਾਂ ਨੂੰ ਬੇਨਤੀ ਆ ਵੀ ਜਿਵੇਂ ਕਿ ਸੰਗਤਾਂ ਨੇ ਬੇਨਤੀ ਕੀਤੀ ਚੌਪਹਿਰਾ ਸਾਹਿਬ ਦੇ ਪਾਠ ਹੋਰ ਗੁਰੂ ਘਰਾਂ ਵਿੱਚ ਜਿਵੇਂ ਹੁੰਦੇ ਆਪਣੇ ਗੁਰੂ ਘਰ ਵੀ ਅਗਲੇ ਐਤਵਾਰ ਤੋਂ 3 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਪਾਠ ਕੀਤੇ ਜਾਇਆ ਕਰਨ ਕਿ ਸੰਗਤਾਂ ਨੂੰ ਦੱਸਿਆ ਜਾਂਦਾ ਹੈ। 2nd ਫਲੋਰ 'ਤੇ 5 ਨੰਬਰ ਹਾਲ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਅਤੇ ਹੋਰ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਪਾਠ ਕੀਤੇ ਜਾਂਦੇ ਹਨ। ਉਹ ਆਪਣੇ ਗੁਰੂ ਘਰ ਵੀ ਇਹ ਸ਼ੁਰੂ ਕੀਤੇ ਜਾਣਗੇ ਜੀ ਅਗਲੇ ਐਤਵਾਰ 3 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇਹ ਪਾਠ ਹੋਇਆ ਕਰਨਗੇ। ਸੰਗਤਾਂ ਨੇ ਹਾਜ਼ਰੀਆਂ ਭਰਨੀਆਂ। ਬੋਲੇ ਸੋਨਿਆਲੋ, ਬੋਲੇ ਸੋਨਿਆਲ, ਗੁਰੂ ਸਵਾਰੀ ਸਾਹਿਬ ਚੰਗ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਹੀ ਸੁਭਾਗਾ ਭਰਿਆ ਦਿਨ ਹੈ ਜੋ ਕਿ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਸਿੱਖ ਕਲਚਰ ਸੁਸਾਇਟੀ ਵਿਖੇ ਉਹਨਾਂ ਦੇ ਨਾਮ 'ਤੇ ਬਣੀ ਜਥੇਬੰਦੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੁਸਾਇਟੀ ਆਫ ਹਰਿਆਣਾ, ਸਾਰੇ ਮੇਰੇ ਵੀਰ ਸਾਰੇ ਰਲ ਮਿਲ ਕੇ ਵੱਡੇ ਪੱਧਰ 'ਤੇ ਮਨਾ ਰਹੇ ਹਾਂ। ਅਸੀਂ ਸਮੁੱਚੀਆਂ ਜਥੇਬੰਦੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੀ ਵੀਰਾਂ ਨੇ ਰਲ ਮਿਲ ਕੇ ਸਾਡਾ ਸਾਥ ਦਿੱਤਾ ਹੈ। ਬਾਹਰ ਗੁਰੂ ਘਰ ਦੇ ਸਟਾਲ ਲਾਏ ਹਨ, ਗੁਰੂ ਰਾਮਦਾਸ ਵੈਲਫੇਅਰ ਸਾਈਡ ਦੇ ਸਾਰੇ ਮੈਂਬਰ ਜਿਹੜੇ ਵੱਧ ਤੋਂ ਵੱਧ ਸੇਵਾ ਕਰਦੇ ਹਨ, ਹਰ ਟਾਈਮ ਨਾਲ ਖੜ੍ਹਦੇ ਹਨ। ਮੈਂ ਸਾਰਿਆਂ ਦਾ ਬਹੁਤ ਬਹੁਤ ਰਿਣੀ ਹਾਂ ਔਰ ਧੰਨਵਾਦ ਕਰਦਾ ਹਾਂ। ਗੁਰੂ ਘਰ ਦੀ ਕਮੇਟੀ, ਗਿਆਨੀ ਧਰਮਵੀਰ ਸਿੰਘ ਜੀ, ਗ੍ਰੰਥੀ ਸਿੰਘ, ਹੋਰ ਜਿੰਨੇ ਵੀ ਗੁਰੂ ਘਰ ਦੇ ਸੇਵਾਦਾਰ ਹਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਗੁਰੂ ਘਰ ਵਿਖੇ ਪਹੁੰਚ ਕੇ ਹਾਜ਼ਰੀਆਂ ਲਵਾ ਰਹੇ ਨੇ। ਅੱਜ ਸਵੇਰ ਤੋਂ ਹੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ 'ਤੇ ਉਹਨਾਂ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਅੱਜ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦਾ ਗੁਰਪੁਰਬ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਉਹਨਾਂ ਦੇ ਨਾਮ 'ਤੇ ਜੋ ਜਥੇਬੰਦੀ ਬਣੀ ਆ ਹਰਿਆਣਾ ਸਿੱਖ ਵੈਲਫੇਅਰ ਸੁਸਾਇਟੀ, ਉਹਨਾਂ ਦੇ ਸਾਰੇ ਹੀ ਮੈਂਬਰ, ਉਹਨਾਂ ਨੇ ਜਿਹੜੇ 1 ਵੀ ਤੋਂ ਲੈ ਕੇ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਕਰਨ ਵਾਸਤੇ ਬਾਅਦ ਵੱਖ ਵੱਖ ਖਾਣਿਆਂ ਦੇ ਸਟਾਲ ਲਾ ਕੇ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲਈਆਂ ਨੇ। ਸਵੇਰ ਤੋਂ ਹੀ ਤਕਰੀਬਨ ਬਾਹਰ ਦੇਖਿਆ ਉੱਪਰ 2 ਖੰਡ ਪਾਠਾਂ ਦੇ ਭੋਗ ਪਏ ਹਨ। ਇੱਕ ਖੰਡ ਪਾਠ ਜਿਹੜਾ ਹਰਿਆਣਾ ਵੈਲਫੇਅਰ ਸੁਸਾਇਟੀ ਵੱਲੋਂ ਅਤੇ ਦੂਸਰਾ ਬਲਦੇਵ ਸਿੰਘ ਔਰ ਗੁਰਦੇਵ ਸਿੰਘ ਵੱਲੋਂ ਜਿਹੜਾ ਰਖਾਇਆ ਗਿਆ ਸੀ, ਜਿਸ ਦੇ ਅੱਜ ਭੋਗ ਪਏ ਹਨ। ਜਦੋਂ ਅਸੀਂ ਸਵੇਰੇ ਸਵਖਤੇ ਹੀ ਅੰਦਰ ਆਏ ਅਤੇ ਬਾਹਰੋਂ ਦੇਖਿਆ ਬਹੁਤ ਵਧੀਆ ਸਜਾਵਟ ਕੀਤੀ ਹੋਈ ਸੀ। ਜਦੋਂ ਅੰਦਰ ਵੜੇ ਹਾਂ ਅਤੇ ਮਨ ਖੁਸ਼ ਹੋ ਗਿਆ। ਬਾਹਰੋਂ ਤਾਂ ਇਹ ਤਾਂ ਸਜਾਵਟ ਆ ਜਿਹੜੀ ਸਰੀਰ ਦੀ, ਜਿੱਦਾਂ ਅਸੀਂ ਸਜਾਵਟ ਕਰਦੇ ਹਾਂ ਜਾਂ ਉਹਦੀ ਸਫਾਈ ਕਰਦੇ ਹਾਂ ਅਤੇ ਮਨ ਖੁਸ਼ ਹੋ ਜਾਂਦਾ, ਪਰ ਜਦੋਂ ਅੰਦਰ ਆਉਂਦੇ ਹਾਂ ਅਤੇ ਗੁਰਬਾਣੀ ਪੜ੍ਹੀ ਜਾਂਦੀ ਆ, ਗੁਰਬਾਣੀ ਦੇ ਨਾਲ ਜਿਹੜਾ ਤੁਹਾਡਾ ਮਨ ਸ਼ਾਂਤ ਹੁੰਦਾ ਅਤੇ ਬਹੁਤ ਜ਼ਿਆਦਾ ਜਿਹੜੀ ਦੁਨੀਆ ਦੀ ਤੁਹਾਨੂੰ ਜਿਹੜਾ ਦੁਨੀਆ ਦੇ ਵਿੱਚ ਤੁਸੀਂ ਮਿਲਣ ਵਰਤ ਉਸ ਦਾ ਮਿਲਦਾ। ਸਾਡਾ ਕਈ ਵਾਰਾਂ ਹਰਿਮੰਦਰ ਸਾਹਿਬ ਢਾਇਆ, ਹੁਣ ਜਿਹੜੀ ਆ ਦੁਨੀਆ, ਅਸੀਂ ਜਿਹੜੇ ਸਿੱਖ ਹਾਂ ਪੂਰੇ ਵਰਲਡ ਦੇ ਵਿੱਚ ਬੈਠੇ ਹਾਂ। ਅਗਰ ਤੁਸੀਂ ਕੋਈ ਇਹੋ ਜਿਹਾ ਕੰਮ ਕਰੋਗੇ ਤੁਹਾਨੂੰ ਖਾੜ ਕੇ ਰੱਖ ਦੂਗੀ ਜਿਹੜੀ ਸਿੱਖ ਹੋਵੇ ਆ। ਇਹ ਐਵੇਂ ਨਹੀਂ ਬੈਠੀ ਹੁਣ ਵਰਲਡ ਦੇ ਵਿੱਚ, ਸਿੱਖਾਂ ਦਾ ਨਾਂ ਚੱਲਦਾ ਵਾ, ਸਿੱਖਾਂ ਨੇ ਆਪਣੇ ਬਿਜ਼ਨਸ ਕਰਕੇ ਆਪਣੀ ਸੇਵਾ ਕਰਕੇ ਦੁਨੀਆ ਦੇ ਵਿੱਚ ਨਾਂ ਚਲਾਇਆ। ਅਗਰ ਤੁਸੀਂ ਇਹੋ ਜਿਹਾ ਕੰਮ ਕਰਨ ਨੂੰ ਨਹੀਂ ਹਟੋਗੇ, ਇਹੋ ਜਿਹੇ ਗੰਦੇ ਬੰਦਿਆਂ ਨੂੰ ਜਿਹੜੇ ਬੀਜੇਪੀ ਚੋਂ ਨਹੀਂ ਕੱਢੋਗੇ, ਤੇ ਜਿਹੜਾ ਦੇਸ਼ ਇੱਕ ਦਿਨ ਟੁੱਟਣ ਨੂੰ ਨਹੀਂ ਰਹਿ ਸਕਦਾ, ਇਹ ਟੁੱਟੂਗਾ। ਅਸੀਂ ਮੈਂ ਜਦੋਂ ਦਾ ਉਹ ਨਿਊਜ਼ ਸੁਣਿਆ, ਮੈਂ ਸਾਰਿਆਂ ਨੂੰ ਪਹਿਲੋਂ ਮੈਂ ਸ਼੍ਰੋਮਣੀ ਕਮੇਟੀ ਨੂੰ ਕਾਲ ਕੀਤੀ, ਉਹਨਾਂ ਨੂੰ ਕਿਹਾ ਇਹ ਮੁੱਦਾ ਉਠਾਓ। ਉਹਨਾਂ ਨੇ ਮੁੱਦਾ ਉਠਾਇਆ ਤੇ ਦੂਜੇ ਦਿਨ ਉਸ ਨੂੰ ਮਾਫ਼ੀ ਵੀ ਮੰਗਣੀ ਪਈ। ਪਰ ਇਹ ਮਾਫ਼ੀ ਤੱਕ ਗੱਲ ਨਹੀਂ ਮੁੱਕਦੀ, ਮਾਫ਼ੀ ਤੱਕ ਉਦੋਂ ਨਹੀਂ ਗੱਲ ਮੁੱਕਦੀ। ਇਹ ਕਿਸੇ ਘਰ ਦਾ ਮਾਮਲਾ ਨਹੀਂ, ਇੱਕ ਸਿੱਖ ਕੌਮ ਦਾ ਮਾਮਲਾ ਵਾ। ਜਿਹੜੇ ਗੁਰਦੁਆਰੇ ਆ ਇਹ ਸਿੱਖ ਕੌਮ ਦੇ ਆ, ਵਰਲਡ ਵਾਈਡ ਬੜੇ ਹੋਏ। ਅਗਰ ਤੁਸੀਂ ਇਹੋ ਜਿਹੇ ਬਿਆਨ ਜਿੱਥੇ ਹਜ਼ਾਰਾਂ ਦੀ ਸੰਗਤ ਹੋਵੇ, ਲੱਖਾਂ ਦੀ ਸੰਗਤ ਹੋਵੇ, ਉੱਥੇ ਬਹਿ ਕੇ ਇੱਕ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਵਾ, ਇੱਕ MLA ਕਵੇ ਵੀ ਗੁਰਦੁਆਰੇ ਢਾਹ ਦੇਣੇ ਚਾਹੀਦੇ ਆ, ਇਹ ਨਹੀਂ ਤਾਂ ਵੱਡੇ ਜ਼ਖਮ ਹੋ ਕੇ ਸਾਨੂੰ ਨੁਕਸਾਨ ਕਰਨਗੇ, ਇਹਨਾਂ ਦਾ ਬੇੜਾ ਗਰਕ ਹੋ ਜਾਣਾ ਇਹਨਾਂ ਦਾ। ਜਿਹੜੇ ਗੁਰਦੁਆਰੇ ਭੁੱਖਿਆਂ ਨੂੰ ਰੋਟੀ ਦਿੰਦੇ ਆ, ਜਿਹੜੇ ਗੁਰਦੁਆਰੇ ਨੰਗਿਆਂ ਨੂੰ ਕੱਪੜਾ ਦਿੰਦੇ ਆ, ਉਹਨਾਂ ਗੁਰਦੁਆਰਿਆਂ ਨੂੰ ਢਾਉਣ ਦਾ ਹੀ ਇਹ ਗੱਲ ਕਰਦੇ ਆ। ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹਾਂ,
ਮਤ ਤੁਸੀਂ ਭੁੱਲੋ ਵੀ ਇਹ ਆਜ਼ਾਦੀ ਤੁਸੀਂ ਲਈ ਆ ਇਹ ਸਿੱਖਾਂ ਨੇ ਆਜ਼ਾਦੀ ਤੁਹਾਨੂੰ ਲੈ ਕੇ ਦਿੱਤੀ ਆ ਤੇ ਅੱਜ ਸਿੱਖਾਂ ਨੂੰ ਤੁਸੀਂ ਮਾਰ ਤੁਰੇ ਹੋ ਕਿੱਥੋਂ ਤੱਕ ਤੁਸੀਂ ਜਾਓਗੇ ਕਿੱਥੋਂ ਤੱਕ ਤੁਹਾਡਾ ਇਹ ਜਿਹੜਾ ਇਹੋ ਜਿਹੇ ਜਿਹੜੇ ਐਮਐਲਏ ਆ ਤੁਹਾਡੇ ਕਿੱਥੋਂ ਤੱਕ ਇਹ ਸਿੱਖਾਂ ਨੂੰ ਨੁਕਸਾਨ ਪਹੁੰਚਾਉਣਗੇ ਕਿੱਥੋਂ ਤੱਕ ਬਿਆਨ ਕਰਨਗੇ ਇਹ ਅਸੀਂ ਵਰਲਡ ਦੇ ਵਿੱਚ ਇੰਨੇ ਜ਼ਿਆਦੀ ਗਿਣਤੀ ਆ ਸਾਡੀ ਜੋ ਮਰਜ਼ੀ ਹੋਵੋ ਸਿੰਘੋ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹਾਂ ਮਤ ਦੋ ਬੱਚਿਆਂ ਤੇ ਖੜੇ ਹੋਵੋ ਪੰਜ ਪੰਜ ਬੱਚੇ ਜਵਾਓ ਤਾਂ ਕਿ ਅਸੀਂ ਦੁਨੀਆ ਦੇ ਵਿੱਚ ਜਿਹੜਾ ਇਸ ਦੁਨੀਆ ਦਾ ਮੁਕਾਬਲਾ ਕਰ ਸਕੀਏ ਅਗਰ ਦੁਨੀਆ ਦੇ ਅਸੀਂ ਆਪਣੀ ਗਿਣਤੀ ਦੋ ਤੇ ਰਹਿ ਗਈ ਇੱਕ ਦਿਨ ਸਾਡਾ ਬਹੁਤ ਘੱਟ ਸਾਡੀ ਗਿਣਤੀ ਹੋ ਜਾਊਗੀ ਅਸੀਂ ਹਮੇਸ਼ਾ ਦੁਨੀਆ ਦੇ ਵਿੱਚ ਆਪਣੇ ਬੱਚੇ ਜ਼ਿਆਦਾ ਪੜ੍ਹਾਓ ਵੱਧ ਤੋਂ ਵੱਧ ਡਾਕਟਰ ਬਣਾਓ ਇੰਜੀਨੀਅਰ ਬਣਾਓ ਇਸ ਦੁਨੀਆ ਦੀ ਪੋਲਿਟਿਕਸ ਦੇ ਵਿੱਚ ਆਓ ਤਾਂ ਕਿ ਸਾਡਾ ਇੱਥੇ ਜਿਹੜਾ ਨਾਂ ਚੱਲ ਸਕੇ ਅਸੀਂ ਬਹੁਤ ਕੁਛ ਇਸ ਦੁਨੀਆ ਤੇ ਆ ਕੇ ਸਿੱਖਿਆ ਅਸੀਂ ਕਹਿੰਦੇ ਹਾਂ ਇਹਨਾਂ ਨੂੰ ਇੱਥੇ ਦੀ ਜਿੰਨੀ ਵੀ ਸੰਗਤ ਆ ਪਲੀਜ਼ ਇਕੱਠੀ ਹੋ ਜਾਓ ਤੇ ਇਕੱਠੇ ਹੋ ਕੇ ਛੱਡ ਦਿਓ ਮੈਂ ਜੱਟ ਹਾਂ ਮੈਂ ਲਵਾਣਾ ਵਾਂ ਮੈਂ ਤਰਖਾਣ ਹਾਂ ਮੈਂ ਮਿਸਤਰੀ ਸਿੰਘ ਹਾਂ ਛੱਡ ਦਿਓ ਇੱਕ ਇਕੱਠੇ ਹੋ ਕੇ ਇੱਕ ਇੱਕ ਥਾਂ ਇਕੱਠੇ ਹੋ ਕੇ ਕੋਈ ਸਿਸਟਮ ਬਣਾਓ ਇੱਕ ਸਿਸਟਮ ਬਣਾਈਏ ਆਪੋ ਆਪਣੇ ਪਿੰਡ ਦੇ ਵਿੱਚ ਜਾ ਕੇ ਜਿਹੜਾ ਇਹਨਾਂ ਜਿਹੜੇ ਆਪਣੇ ਸਿੰਘ ਆ ਉਹਨਾਂ ਨੂੰ ਸਿੱਧੇ ਰਸਤੇ ਤੁਰਨ ਦੀ ਸਲਾਹ ਦਈਏ ਜਿਹੜੇ ਅਸੀਂ ਮੈਂ ਇਹ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਤਾਂ ਜਿਹੜੇ ਸਾਡੇ ਸਾਰੀਆਂ ਕਮੇਟੀਆਂ ਵਾਂ ਇਹਨਾਂ ਨੂੰ ਇੱਕ ਮੈਸੇਜ ਵੀ ਦੇਣਾ ਚਾਹੁੰਦਾ ਹਾਂ ਤੁਸੀਂ ਇੱਕ ਮੀਟਿੰਗ ਸੱਦੋ ਪੂਰੇ ਅਮਰੀਕਾ ਦੀ ਸੱਦੋ ਮੀਟਿੰਗ ਦੇ ਵਿੱਚ ਇੱਕ ਮਤਾ ਪਾਸ ਕਰੋ ਜਿਹੜੇ ਜਿੰਨੇ ਵੀ ਬੰਦੇ 70 ਸਾਲ ਤੋਂ ਉੱਪਰ ਆ 60 ਸਾਲ ਤੋਂ ਉੱਪਰ ਆ ਆਪੋ ਆਪਣੇ ਪਿੰਡ ਜਾਣ ਤੇ ਆ ਕੇ ਜਾ ਕੇ ਉੱਥੇ ਉੱਥੇ ਸਿੱਖਾਂ ਨੂੰ ਟ੍ਰੇਨ ਕਰਨ ਵੀ ਜਦੋਂ ਵੀ ਕੋਈ ਇਹੋ ਜਿਹੀ ਗੱਲ ਹੁੰਦੀ ਆ ਪਿੰਡਾਂ ਵਿੱਚੋਂ ਵੀਰਾਂ ਕੱਤ ਕੇ ਇਹਨਾਂ ਦੇ ਵਰ ਖਿਲਾਫ ਖੜੇ ਹੋ ਤਾਂ ਕਿ ਅਸੀਂ ਜਿਹੜਾ ਆਪਣਾ ਜਿਹੜਾ ਕੰਮ ਕਰ ਸਕੀਏ ਸਭ ਤੋਂ ਪਹਿਲਾਂ ਦਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਧੰਨਵਾਦੀ ਆ ਜੋ ਕਿ ਪਰਸੋਂ ਤੋਂ ਲੈ ਕੇ ਅਖੰਡਪੁਰ ਸਾਹਿਬ ਰੱਖੇ ਗਏ ਸਨ ਜਿਹਨਾਂ ਦੇ ਨਿਰਵਿਘਨ ਭੋਗ ਸਾਧ ਸੰਗਤ ਜੀ ਜਿਸ ਤਰ੍ਹਾਂ ਆਪ ਨੂੰ ਪਤਾ ਹੀ ਆ ਕਿ ਅੱਜ ਬੜਾ ਖੁਸ਼ੀ ਭਰਿਆ ਦਿਹਾੜਾ ਜੋ ਪਿਛਲੇ ਦਿਨੀ ਲੰਘ ਕੇ ਗਿਆ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਉਹ ਅੱਜ ਅਚੇਚੇ ਤੌਰ 'ਤੇ ਵੀਕਐਂਡ ਦੇ ਕਿਉਂਕਿ ਅਮਰੀਕਾ ਦੀ ਧਰਤੀ ਦੇ ਉੱਤੇ ਆਪਾਂ ਰਹਿੰਦੇ ਹਾਂ ਅਚੇਚੇ ਤੌਰ 'ਤੇ ਵੀਕਐਂਡ 'ਤੇ ਇਹ ਮਨਾਏ ਜਾਂਦੇ ਆ ਅੱਜ ਉਹਨਾਂ ਦੇ ਨਾਂ 'ਤੇ ਬਣੀ ਹੋਈ ਸੰਸਥਾ ਧੰਨ ਧੰਨ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਆਫ ਹਰਿਆਣਾ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਜਥੇਬੰਦੀਆਂ ਜਿੰਨੀਆਂ ਵੀ ਸਭਾਵਾਂ ਸਾਰਿਆਂ ਨੇ ਬੜੀ ਰਲ ਮਿਲ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਦਿਨ ਜਿਹੜਾ ਮਨਾਇਆ ਗਿਆ ਜੋ ਮਿਡਲ ਈਸਟ ਦੇ ਵਿੱਚ ਕਾਨਫਲਿਕਟ ਚੱਲਣ ਡਿਆ ਨਾ ਉਹਦੀ ਵਜ੍ਹਾ ਦੇ ਨਾਲ ਉਹ ਚਗਿਆਰੀ ਇੱਥੇ ਵੀ ਆ ਸਕਦੀ ਹੈ ਉੱਥੇ ਮੈਂ ਆਪਣਾ ਵੀਰ ਸਰਬਜੀਤ ਸਿੰਘ ਜਿਹਦੀ ਬੇਟੀ ਜਿਹੜੀ ਆ ਉਹ ਚੱਕ ਸ਼ੂਮਰ ਦੇ ਦਫ਼ਤਰ 'ਚ ਕੰਮ ਕਰਦੀ ਹੈ ਉੱਥੇ ਸਿਰਫ ਉਹਨਾਂ ਨੇ ਦੋ ਕਮੇਟੀਆਂ ਪਹਿਲਾਂ ਸੱਦੀਆਂ ਸੀ ਜੋਸ਼ ਅਤੇ ਮੁਸਲਮਾਨ ਕਮੇਟੀ ਕਿਉਂਕਿ ਇਹਨਾਂ ਦਾ ਆਪਸ 'ਚ ਟਕਰਾਅ ਉਹਨੇ ਸਪੈਸ਼ਲ ਉਹਨੂੰ ਸੈਨੇਟਰ ਨੂੰ ਕਿਹਾ ਕਿ ਸਿੱਖ ਕਮਿਊਨਿਟੀ ਦੇ ਸਭ ਤੋਂ ਵੱਧ ਹੇਟ ਕ੍ਰਾਈਮ ਦੇ ਕੇਸ ਹੁੰਦੇ ਨੇ ਸਾਡੇ 'ਤੇ ਅਤੇ ਦੋ ਵਾਪਰ ਗਏ ਨੇ ਉਹਦੇ ਵਿੱਚ ਹੁਣ ਸਾਨੂੰ ਸਿੱਖਾਂ ਨੂੰ ਉਹਨਾਂ ਨੇ ਬੁਲਾਏ ਨੇ ਦੋ ਨੁਮਾਇੰਦੇ ਸਿੱਖਾਂ ਦੇ ਉਹ 1 ਵਜੇ ਦਾ ਟਾਈਮ ਆ ਚੱਕ ਸ਼ੂਮਰ ਦੇ ਦਫ਼ਤਰ ਦੇ ਵਿੱਚ ਉੱਥੇ ਉਹਨਾਂ ਜਿੰਨੀ ਫੈਡਰਲ ਗਵਰਨਮੈਂਟ ਦੀ ਗ੍ਰਾਂਟ ਆਈ ਆ ਸਪੈਸ਼ਲੀ ਇਸੇ ਕਰਕੇ ਜੀ ਉਹ ਉਹਨਾਂ ਨੇ ਕਿਹਾ ਕਿ ਪਲੇਸ ਆਫ ਵਰਸ਼ਿਪਾਂ ਨੂੰ ਜ਼ਰੂਰ ਦਿਓ ਤੁਸੀਂ ਆਪਣੀ ਸਿਕਿਉਰਿਟੀ ਕਰੋ ਤਾਂ ਕਿ ਤੁਹਾਡੇ 'ਤੇ ਕੋਈ ਕਿਸੇ ਤਰ੍ਹਾਂ ਦਾ ਕੇਸ ਨਾ ਹੋਵੇ ਆਪਾਂ ਨਿੱਤ ਪੜ੍ਹਦੇ ਹਾਂ ਗੁਰਬਾਣੀ ਦਾ ਫਰਮਾਨ ਹੈ ਗੁਰੂ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਆਪਾਂ ਗੁਰੂ ਘਰ ਵਿੱਚ ਆਉਂਦੇ ਹਾਂ ਗੁਰੂ ਦੇ ਨਤਮਸਤਕ ਹੁੰਦੇ ਹਾਂ ਜਿਹੜਾ ਬਾਣੀ ਦਾ ਸਰੋਵਰ ਹੈ ਸਾਨੂੰ ਉਹਦੇ 'ਚ ਵੀ ਇਸ਼ਨਾਨ ਕਰਨਾ ਜ਼ਰੂਰੀ ਹੈ ਕਈ ਵਾਰੀ ਕੀ ਗੱਲ ਹੁੰਦੀ ਹੈ ਆਪਾਂ ਜਦੋਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ ਜਾਂ ਆਪਾਂ ਸਟਾਲ ਲਾਉਂਦੇ ਹਾਂ ਸਾਰਾ ਕੁਛ ਲੰਗਰ ਲੱਗਦੇ ਹਨ ਸ਼ਕਤੀ ਤਰ੍ਹਾਂ ਦੇ ਪਦਾਰਥ ਲੱਗਦੇ ਹਨ ਤਾਂ ਅਸੀਂ ਕਈ ਵਾਰੀ ਮੱਥਾ ਵੀ ਨਹੀਂ ਟੇਕਦੇ ਗੁਰੂ ਸਾਹਿਬ ਦੇ ਅੱਗੇ ਬਾਹਰੋਂ ਲੰਗਰ ਛਕ ਕੇ ਸਟਾਲਾਂ ਨੂੰ ਚਲੇ ਜਾਂਦੇ ਹਾਂ ਜਿੰਨੀ ਸੰਗਤ ਬਾਹਰ ਹੈ ਅਤੇ ਦੇਖਿਆ ਜਾਵੇ ਅੰਦਰ ਉਹਦੇ ਨਾਲੋਂ ਇੱਕ ਹਿੱਸਾ ਸੰਗਤ ਹੈ ਤਾਂ ਸਾਨੂੰ ਗੁਰੂ ਦੇ ਦਰ 'ਤੇ ਆਉਣਾ ਜ਼ਰੂਰੀ ਹੈ ਗੁਰੂ ਦੀ ਗੱਲ ਸੁਣਨੀ ਜ਼ਰੂਰੀ ਹੈ ਲੰਗਰ ਤਾਂ ਸਾਡੇ ਚੱਲਦੇ ਰਹਿਣੇ ਨੇ ਔਰ ਅਸੀਂ ਛਕਦੇ ਰਹਿਣਾ ਅਤੇ ਗੁਰੂ ਦੇ ਨਸਮਸਤਕ ਹੋਣਾ ਜ਼ਰੂਰੀ ਹੈ ਗੁਰੂ ਦਾ ਆਸ਼ੀਰਵਾਦ ਲੈਣਾ ਜ਼ਰੂਰੀ ਹੈ ਗੁਰਬਾਣੀ 'ਤੇ ਚੱਲਣਾ ਜ਼ਰੂਰੀ ਹੈ ਮੈਂ ਧੰਨ ਧੰਨ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਜਿਹੜੇ ਉਹਨਾਂ ਦੇ ਮੁੱਖ ਸੇਵਾਦਾਰ ਹਨ ਬੂਟਾ ਸਿੰਘ ਜੀ ਚੀਮਾ ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ ਅੱਜ ਦੇ ਦਿਨ 'ਤੇ ਔਰ ਉਹਨਾਂ ਦੀ ਜਿਹੜੀ ਨਾਲ ਸਾਰੀ ਕਮੇਟੀ ਹੈ ਸਮੁੱਚੀ ਕਮੇਟੀ ਮੈਂ ਸਾਰਿਆਂ ਦੇ ਨਾਲ ਲੈਣ ਲੱਗਾ ਤਾਂ ਲੰਬੀ ਲਿਸਟ ਬਣ ਜਾਣੀ ਹੈ ਔਰ ਉਹਨਾਂ ਦਾ ਸਾਥ ਦਿੰਦੇ ਹਨ ਬੜੇ ਵੱਡੇ ਪੱਧਰ 'ਤੇ
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹਨ ਤਾਂ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਹਾਂ ਅੱਜ ਦੇ ਦਿਨ ਤੇ ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅੱਜ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਸਿੱਖ ਕਲਚਰ ਸੁਸਾਇਟੀ ਵਿਖੇ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਆਫ ਹਰਿਆਣਾ ਵੱਲੋਂ ਬੜੇ ਹੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਸਵੇਰ ਦੇ ਹੀ ਗੁਰੂ ਘਰ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ, ਰਾਗੀ ਢਾਡੀ ਹਾਜ਼ਰੀ ਭਰ ਰਹੇ ਹਨ, ਗੁਰੂ ਘਰ ਦੇ ਬਾਹਰ ਹਰ ਤਰ੍ਹਾਂ ਦੇ ਸਟਾਲ ਲਾਏ ਗਏ ਹਨ। ਬਾਹਰ ਇੱਦਾਂ ਲੱਗ ਰਿਹਾ ਕਿ ਜਿਵੇਂ ਪੰਜਾਬ ਵਰਗਾ ਇੰਡੀਆ ਵਰਗਾ ਗੁਰੂ ਘਰ ਵਿੱਚ ਮਾਹੌਲ ਹੋਵੇ। ਬਾਹਰ ਸੰਗਤਾਂ ਦਾ ਇਕੱਠ ਮਾਰਦਾ ਠਾਠਾ ਮਾਰਦਾ ਇਕੱਠ ਇਸ ਗੱਲ ਦਾ ਗਵਾਹ ਹੈ ਕਿ ਜੋ ਗੁਰੂ ਰਾਮਦਾਸ ਦੇ ਗੁਰਪੁਰਬ ਹਨ ਇਸੇ ਤਰ੍ਹਾਂ ਵੱਡੇ ਪੱਧਰ 'ਤੇ ਮਨਾਉਣੇ ਚਾਹੀਦੇ ਹੈ। ਅਸੀਂ ਸਾਰੇ ਹੀ ਜਿੰਨੇ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਦੇ ਮੈਂਬਰ ਹਨ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੋ ਥਾਂ ਬਰ ਥਾਂ ਸੇਵਾ ਨਿਭਾ ਰਹੇ ਹਨ ਅਤੇ ਜਥੇਬੰਦੀਆਂ ਜੋ ਵੀ ਸਾਡੇ ਨਾਲ ਸਾਥ ਦਿੰਦੀਆਂ ਹਨ ਸਾਰੀਆਂ ਦਾ ਹੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੀ ਸਟਾਲ ਲਾਏ ਨੇ ਅਤੇ ਜਸ ਪੰਜਾਬੀ ਦਾ ਧੰਨਵਾਦ ਜੋ ਸਾਰੇ ਹੀ ਗੁਰੂ ਘਰ ਦੇ ਪ੍ਰੋਗਰਾਮ ਕਵਰ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ ਆਇਆਂ ਨੂੰ ਸੰਗਤ ਨੂੰ ਜੀ ਆਇਆਂ ਨੂੰ ਜਿੰਨੇ ਵੀ ਸੱਜਣ ਪਿਆਰੇ ਗੁਰੂ ਕੇ ਪਿਆਰੇ ਗੁਰਸਿੱਖ ਘਰ ਬੈਠ ਕੇ ਦੇਖ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਹਾੜਾ ਦੇਖੋ ਅਸੀਂ ਇੱਥੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਦਿਹਾੜਾ ਜਿਹੜਾ ਆਗਮਨ ਦਿਵਸ ਮਨਾ ਰਹੇ ਹਾਂ ਸੰਗਤ ਦਾ ਭਰਪੂਰ ਜੋਸ਼ ਉਹਦੇ ਨਾਲ ਨਾਲ ਸੇਵਾ ਦਾ ਜੋਸ਼ ਉਹਦੇ ਨਾਲ ਨਾਲ ਸਾਰੀ ਕੁਦਰਤ ਰੱਬੀ ਮੌਸਮ ਨਾਲ ਸੱਜਣਾ ਦਾ ਜਿਨ੍ਹਾਂ ਨੇ ਸੇਵਾ ਕੀਤੀ ਹੈ ਨਾਲ ਸੰਗਤ ਦਾ ਜਿਹੜੇ ਆਏ ਨੇ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ ਆਇਆਂ ਨੂੰ ਹੱਸਦੇ ਵੱਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸ ਪੰਜਾਬੀ ਨੂੰ ਸਪੈਸ਼ਲ ਥੈਂਕਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।